ਦਰਸ਼ਨ ਕਰੋ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋੜਾ ਸਾਹਿਬ ਦੇ, ਜੋ ਕਿ ਗੁਰੂ ਸਾਹਿਬ ਜੀ ਨੇ ਭਾਈ ਬਹਿਲੋ ਜੀ ਦੇ ਵੰਸ਼ ਵਿੱਚੋਂ ਭਾਈ ਦੇਸਰਾ ਜੀ ਨੂੰ 1699 ਦੀ ਵਿਸਾਖ ਨੂੰ ਇੱਕ ਹੁਕਮਨਾਮਾ ਸਾਹਿਬ, ਦੋ ਚੋਲੇ ਅਤੇ ਆਪਣੀਆਂ ਹੋਰ ਨਿਸ਼ਾਨੀਆਂ ਬਖਸ਼ਿਸ਼ ਕੀਤੀਆਂ, ਜੋ ਕਿ ਅੱਜ ਉਹਨਾਂ ਦੀ ਅੰਸ਼ ਵੰਸ਼ ਵਿੱਚੋਂ ਭਾਈ ਉਪਿੰਦਰਜੀਤ ਸਿੰਘ ਜੀ ਪਾਸ ਬਠਿੰਡਾ ਵਿਖੇ ਬੜੀ ਪਿਆਰ ਸ਼ਰਧਾ ਨਾਲ ਸੁਸ਼ੋਭਿਤ ਹਨ। ਗੁਰੂ ਸਾਹਿਬ ਦੇ ਦੋ ਚੋਲੇ ਨੇ, ਇੱਕ ਸੂਤੀ ਹੈ, ਇੱਕ ਰੇਸ਼ਮੀ ਹੈ। ਉਸ ਦੇ ਵਿੱਚ ਬਕਾਇਦਾ ਖੂਨ ਦੇ ਧੱਬੇ ਲੱਗੇ ਹੋਏ ਨੇ। ਉਹਨਾਂ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਹੈ ਕਿ ਬਾਹ ਜੋ ਚੋਲੇ ਨੇ, ਉਹਨਾਂ ਦੇ ਚੋਲੇ ਦੀ ਬਾਂਹ ਦੀ ਜੋ ਲੰਬਾਈ ਹੈ, ਪੁਰਾਣੇ ਨਾਪ ਦੇ ਮੁਤਾਬਕ 1 ਗਜ 11 ਗਿਰੇ ਦੀ ਬਾਂਹ ਹੈ। ਪਜਾਮਾ ਹੈ ਜੋ ਕੱਕੜ ਜਾਨਵਰ ਮਿਰਗ ਦੀ ਖੱਲ ਦਾ, ਉਸਦਾ ਜਿਹੜਾ ਨੇਪ ਹੈ ਉਹ ਸੂਤੀ ਤੇ ਰੇਸ਼ਮੀ ਹੈ। ਝਾੜੀਆਂ ਜੰਗਲ ਹੋਣ ਕਾਰਨ ਉਸ ਪਜਾਮੇ ਤੇ ਉਸ ਤਰ੍ਹਾਂ ਕੰਡਿਆਂ ਦੇ ਨਿਸ਼ਾਨ ਨੇ। ਰੇਸ਼ਮੀ ਰੁਮਾਲ ਹੈ, ਜੋੜਾ ਸਾਹਿਬ ਹੈ, ਇੱਕ ਕਟਾਰ ਹੈ, ਇੱਕ ਕਲਮ ਹੈ ਜਿਹਦੇ ਮੂਹਰੇ ਕਾਨੀ ਲੱਗ ਕੇ ਲਿਖਿਆ ਜਾਂਦਾ ਸੀ, ਬਾਈ ਦੀ ਡੋਰ ਹੈ, ਇੱਕ ਪੈਸਾ, ਇੱਕ ਆਨਾ ਜਾਂ ਇੱਕ ਪੈਸਾ ਜਿਹਦੇ ਤੇ ਇੱਕ ਲਿਖਿਆ ਹੋਇਆ, ਇੱਕ ਲੱਕੜ ਦੀ ਮੋਹਰ ਹੈ, ਇੱਕ ਸ੍ਰੀ ਸਾਹਿਬ ਦਾ ਸਿਰਫ ਮੁੱਠਾ ਹੈ, ਉਹਦੇ ਸੋਨੇ ਦੀ ਮੀਨਾਕਾਰੀ ਕਰੀ ਹੋਈ ਹੈ, ਉਹਦੇ ਵਿੱਚ ਜਿਸ ਸਿੱਖ ਨੇ ਭੇਟ ਕਰੀ ਸੀ ਉਸਦਾ ਨਾਂ ਹੈ ਭਾਈ ਸੁਰੈਣ ਸਿੰਘ ਜੀ ਆ।